ਪਲਵਾਨ ਤੀ ਵਿਨੇਸ਼ ਫੁਗਾਟ ਨੇ ਕੁਸ਼ਤੀ ਤੋਂ ਸੰन्यास ਲੈਣ ਦਾ ਐਲਾਨ ਕੀਤਾ ਤਾਂ ਤਾਏ ਮਹਾਵੀਰ ਫੁਗਾਟ ਨੇ ਕਿਹਾ ਕਿ ਜਦੋਂ ਘਰੇ ਆਏਗੀ ਧੀ ਤਾਂ ਮੈਂ ਮਨਾ ਲਵਾਂਗਾ 100 ਗ੍ਰਾਮ ਭਾਰ ਵਧਨ ਦੀ ਵਜ੍ਹਾ ਕਰਕੇ 올림픽ਸ ਵਿੱਚ ਫਾਈਨਲ ਮੈਚ ਨਾ ਖੇਡ ਸਕੀ ਵਿਨੇਸ਼ ਫੁਗਾਟ ਨੇ ਕੁਸ਼ਤੀ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਐਲਾਨ ਮੌਕੇ ਫੁਗਾਟ ਦੇ ਸ਼ਬਦਾਂ ਦੇ ਵਿੱਚ ਦਰਦ ਤੇ ਨਿਰਾਸ਼ਾ ਸਾਫ਼ ਨਜ਼ਰ ਆ ਰਹੀ ਸੀ ਉਸਨੇ ਆਪਣੀ ਮਾਂ ਨੂੰ ਸੰਬੋਧਨ ਹੁੰਦਿਆਂ ਲਿਖਿਆ ਕਿ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਮੈਂ ਹਾਰ ਗਈ ਮੈਨੂੰ ਮਾਫ਼ ਕਰਿਓ ਮੇਰਾ ਸੁਪਨਾ ਮੇਰਾ ਹੌਂਸਲਾ ਸਭ ਟੁੱਟ ਗਿਆ ਮੇਰੇ ਕੋਲ ਹੁਣ तो वाद ताकत नहीं बची अलविदा कुश्ती 2001 तो एक यानी कि चौवी साल कुश्ती आऊगी गल कर उस मना लूंगा अगला ओलंपिक जरूर खेडेगी विनेश फोगाट नैडल ना मिलने खुशी कुछ सिर फिरे सोशल मीडिया से मना रहे कुछ ने लिखा की पहली बारी मैडल ना मिलने की खुशी हुई है कोई कह रही ਹੈ ਕਿ ਵਿਨੇਸ਼ ਤੇ ਕੰਮ ਸਾਹਮਣੇ ਆ ਗਏ ਨੇ ਕਿਸੇ ਨੇ ਲਿਖਿਆ ਬੇਈਮਾਨੀ ਕਰਦੇ ਆ ਵਿਨੇਸ਼ ਫੜੇਗੇ ਇਹਨਾਂ ਸਾਰੇ ਲੋਕਾਂ ਦੀਆਂ ਨਫ਼ਰਤ ਭਰੀਆਂ ਪੋਸਟਾਂ ਸਾਂਝੀਆਂ ਕਰਦੇ ਹੋਏ ਰਾਜ ਸਭਾ ਦੇ ਐਮਪੀ ਵਿਕਰਮਜੀਤ ਸਿੰਘ ਸਾਨੀ ਨੇ ਲਿਖਿਆ ਕਿ ਸਾਡਾ ਸਿਰ ਸ਼ਰਮ ਨਾਲ ਝੁਕਦਾ ਸਾਡੇ ਦੇਸ਼ ਦੇ ਲੋਕ ਹੀ ਵਿਨੇਸ਼ ਫਗੜ ਲਈ ਅਜਿਹੀਆਂ ਗੱਲਾਂ ਲਿਖ ਰਹੇ ਨੇ ਜੋ ਦੇਸ਼ ਦੀ ਨੁਮਾਇੰਦਗੀ ਕਰ ਰਹੀ ਸੀ ਭਾਰਤ ਸਰਕਾਰ ਨੂੰ ਅਜੇ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਪਲਵਾਨ ਬਜਰੰਗ ਪੁਨੀਆ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਵਿਨੇਸ਼ ਤੁਸੀਂ ਹਾਰੇ ਨਹੀਂ ਤੁਹਾਨੂੰ ਹਰਾਇਆ ਗਿਆ ਹੈ ਸਾਡੇ ਲਈ ਤੁਸੀਂ ਹਮੇਸ਼ਾ ਜੇਤੂ ਰਹੋਗੇ ਵਿਨੇਸ਼ ਦੀ ਭੈਣ ਗੀਤਾ ਫੁਗਾਟ ਨੇ ਕਿਹਾ ਕਿ ਭੈਣ ਵਿਨੇਸ਼ ਫੁਗਾਟ ਤੁਸੀਂ ਸਾਡੇ ਲਈ 골ਡਨ ਗਰਲ ਹੋ ਤੁਸੀਂ ਜੋ ਕੀਤਾ ਉਸ ਨੂੰ ਇਤਿਹਾਸ ਹਮੇਸ਼ਾ ਯਾਦ ਰੱਖੂਗਾ ਤੁਸੀਂ 올림픽 ਦੇ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਿਆ 올ੰਪੀਅਨ ਸਾਖਸ਼ੀ ਮਲਕ ਨੇ ਕਿਹਾ ਕਿ ਵਿਨੇਸ਼ ਤੁਸੀਂ ਨਹੀਂ ਹਾਰੇ ਹਰ ਉਹ ਤੀ ਹਾਰੀ ਹੈ ਜਿਸ ਤੇ ਲਈ ਤੁਸੀਂ ਲੜੇ ਤੇ ਜਿੱਤੇ ਵਿਨੇਸ਼ ਦੇ ਸਨਮਾਨ ਦੇ ਵਿੱਚ ਹਰਿਆਣਾ ਸਰਕਾਰ ਕੋਈ ਕਸਰ ਨਹੀਂ ਛੱਡੇਗੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵਿਨੇਸ਼ ਨੂੰ 올림픽 ਚਾਂਦੀ ਦਾ ਤਗਮਾ ਜਿੱਤਣ ਵਾਲੀ ਖਿਡਾਰੀਆਂ ਦੇ ਬਰਾਬਰ ਦਾ ਸਨਮਾਨ ਤੇ ਇਨਾਮ ਦੇਵੇਗੀ ਹਰਿਆਣਾ ਦੀ ਸਾਡੀ ਬਹਾਦਰਤੀ ਵਿਨੇਸ਼ ਵੁਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਕੁਝ ਕਾਰਨਾ ਕਰਕੇ ਉਹ 올림픽 ਫਾਈਨਲ ਨਹੀਂ ਖੇਡ ਸਕੀ ਪਰ ਸਾਡੇ ਸਾਰਿਆਂ ਦੇ ਲਈ ਉਹ ਚੈਂਪੀਅਨ ਹੈ ਸਾਡੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਵਿਨੇਸ਼ ਵੁਗਾਟ ਦਾ ਤਗਮਾ ਜੇਤੂ ਵਾਂਗ ਹੀ ਸਵਾਗਤ ਕੀਤਾ ਜਾਊਗਾ ਸਨਮਾਨ ਦਿੱਤਾ ਜਾਊਗਾ ਹਰਿਆਣਾ ਸਰਕਾਰ 올림픽 ਚਾਂਦੀ ਦਾ ਤਗਮਾ ਜੇਤੂ ਨੂੰ ਜੋ ਵੀ ਸਨਮਾਨ ਇਨਾਮ ਤੇ ਸਹੂਲਤਾਂ ਦਿੰਦੀ ਹੈ ਉਹ ਸਾਰੀਆਂ ਵਿਨੇਸ਼ ਨੂੰ ਮਿਲਣਗੀਆਂ ਵਿਨੇਸ਼ ਸਾਨੂੰ ਤੁਹਾਡੇ ਤੇ ਮਾਣ ਹੈ ਦੇਖਿਏ ਵਿਨੇਸ਼ ਫੋਗਾਟ ਹਮਾਰੀ ਬੇਟੀ ਹੈ ਔਰ ਹਮੇ ਹਰਿਆਣਾ ਕੋ ਤੋ ਨਾਜ ਹੈ ਪਰੰਤੂ ਦੇਸ਼ ਕੋ ਵੀ ਆਪਣੀ ਬੇਟੀ ਕੇ ਉੱਪਰ ਨਾਜ ਹੈ ਕਿਉਂਕਿ ਕੋਈ ਦਿੱਕਤਾਂ ਆ ਜਾਂਦੀ ਹੈ ਉਸ ਦਿੱਕਤ ਕੇ ਕਾਰਨ ਕਿਉਂਕਿ ਉਸੇ ਉਸ ਸੇ ਬਾਹਰ ਰਹਿਣਾ ਪੜਾ ਹੈ ਫਿਰ ਵੀ ਹਮਨੇ ਇਹ ਨਿਰਣੈ ਕੀਤਾ ਹੈ ਕਿ ਜੋ ਵੀ विनेश फोगाट को जो सिल्वर मेडल के अनुरूप जो भी सुविधाएं होंगी उस सुविधा के लिए मैंने ये ट्वीट किया था कि हम अपनी बेटी को देंगे उसके हौसले को हम कैसे कम होने देंगे हमारी जुझारू बेटी है और वो वो बेटी ने हरियाणा का तो नाम ऊंचा किया है ਪਰੰਤੂ ਭਾਰਤ ਦਾ ਨਾਮ ਵੀ ਉਸਨੇ ਉੱਚਾ ਕੀਤਾ ਹੈ ਆਮ ਬੇਟੀ ਦੇ ਸਾਥ ਹੈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਜੇ ਵਿਧਾਨ ਸਭਾ 'ਚ ਸਾਡੇ ਕੋਲੇ ਬਹੁਮਤ ਹੁੰਦਾ ਤਾਂ ਅਸੀਂ ਵਿਨੇਸ਼ ਫੁਗਾੜ ਨੂੰ ਰਾਜ ਸਭਾ ਜ਼ਰੂਰ ਭੇਜਦੇ ਯਾਨੀ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਮੌਜੂਦਾ ਸਰਕਾਰ ਜਿਹਦੇ ਕੋਲੇ ਬਹੁਮਤ ਹੈ ਉਸ ਨੂੰ ਵਿਨੇਸ਼ ਫੁਗਾੜ ਨੂੰ ਰਾਜ ਸਭਾ ਭੇਜਣਾ ਚਾਹੀਦਾ ਹੈ ਹਰਿਆਣਾ ਦੀ ਇੱਕ ਰਾਜ ਸਭਾ ਸੀਟ ਲਈ 3 ਸਤੰਬਰ ਨੂੰ VOTING ਹੋਵੇਗੀ ਹੁੱਡਾ ਨੇ ਕਿਹਾ ਕਿ ਵਿਨੇਸ਼ ਸਾਡੇ ਦੇਸ਼ ਦਾ ਮਾਣ ਹੈ ਜੋ ਉਸ ਨਾਲ ਹੋਇਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਧਰ ਹੁੱਡਾ ਦੇ ਬਿਆਨ ਤੇ ਤਾਏ ਮਹਾਵੀਰ ਫੁਗਾੜ ਦਾ ਬਿਆਨ ਵੀ ਸਾਹਮਣੇ ਆਇਆ ਕਹ ਇਸ ਸਟੰਟ ਹੈ 2012 ਵਿੱਚ ਹੁੱਡਾ ਸਰਕਾਰ ਨੇ ਮੀਰੀਤੀ ਬਬੀਤਾ ਤੇ ਗੀਤਾ ਨਾਲ ਭੇਦਭਾਵ ਕੀਤਾ ਸੀ ਗੀਤਾ ਨੂੰ ਇਨਸਪੈਕਟਰ ਤੇ ਬਬੀਤਾ ਨੂੰ ਸਬ ਇਨਸਪੈਕਟਰ ਬਣਾਇਆ ਸੀ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁਸ਼ੀਲ ਗੁਪਤਾ ਨੇਤਾ ਵਿਨੇਸ਼ ਫਰਗਾਟ ਨੂੰ ਆਪਣੀ ਪਾਰਟੀ ਵਿੱਚੋਂ ਦਾ ਸੱਦਾ ਦੇ ਦਿੱਤਾ ਹੈ। ਦੂਸਰੇ ਪਾਸੇ ਭਾਜਪਾ ਨੇ ਕਿਹਾ ਕਿ ਖਿਡਾਰੀਆਂ ਤੇ ਸਿਆਸਤ ਕਰਨਾ ਠੀਕ ਨਹੀਂ ਹੈ। ਰਾਜ ਸਭਾ ਚ ਐਮਪੀ ਰਣਦੀਪ ਸਿੰਘ ਸੁਰਜੀਵਾਲਾ ਨੇ ਕਿਹਾ ਕਿ ਨਿਯਮਾਂ ਦੇ ਮੁਤਾਬਕ ਹੀ ਵਿਨੇਸ਼ ਇੱਕ ਦਿਨ ਪਹਿਲਾਂ 50 ਕਿਲੋ ਤੋਂ ਘੱਟ ਭਾਰ ਹੋਣ ਦੀ ਵਜ੍ਹਾ ਕਰਕੇ ਸੈਮੀਫਾਈਨਲ ਦੇ ਵਿੱਚ ਪਹੁੰਚੀ ਸੀ। ਇਸ ਲਿਹਾਜ਼ ਨਾਲ ਉਹਨਾਂ ਨੂੰ ਸਿਲਵਰ ਮਿਲਣਾ ਚਾਹੀਦਾ ਹੈ। ਮੈਂ ਭਾਰਤ ਸਰਕਾਰ 올림픽 ਐਸੋਸੀਏਸ਼ਨ ਨੂੰ ਅਪੀਲ ਕਰਦਾ ਕਿ ਕੋਮਾਂਤਰੀ 올림픽 ਐਸੋਸੀਏਸ਼ਨ ਤੱਕ ਅਪੀਲ ਕੀਤੀ ਜਾਵੇ। ਇਸ ਦੇਸ਼ ਦਾ ਦੁਰਭਾਗ ਹੈ ਕਿ ਸਪੋਰਟ मिनिस्टर बोल रहे हैं हम सत्रह लाख रुपया खर्च किए क्या सत्रह लाख रुपए से इस देश का प्रेस्टीज और मेडल वापस आ जाएगा अगर मोदी सरकार को यह लगता है सत्रह लाख खर्च किए बड़ा एहसान किया तो इस देश के लोग सत्रह सौ लाख इकट्ठे करके उनकी झोली में वापस डाल देंगे आप विनेश को वो सिल्वर मेडल देश को दिलवा दीजिए अगर देश के प्रधानमंत्री रूस और यूक्रेन का युद्ध रुकवा सकते हैं तो वो इंटरनेशनल ओलंपिक एसोसिएशन को अपील करके हमारा मेडल जो हमारा अधिकार है ये मेडल देश का है विनेश का नहीं वो मेडल वापस क्यों नहीं मिल सकता जबकि इस रूल में सरासर ये रूल ही अपने आप में गलत है अगर आपका वजन अगले दिन 100 ग्राम बढ़ भी गया तो वो पिछले दिन पे कैसे लागू होगा जब आपका वजन सही था ਮੇਰਾ ਇੱਕ ਸਿੱਧਾ ਸਵਾਲ ਦੇਸ਼ ਦੀ ਸਰਕਾਰ ਕੋ ਹੈ ਅਪੀਲ ਵੀ ਹੈ ਪ੍ਰਧਾਨ ਮੰਤਰੀ ਜੀ ਕੋ ਉਧਰ ਵਿਨੇਸ਼ ਵਗਾਟ ਨੇ ਵੀ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਤੋਂ ਮੰਗ ਕੀਤੀ ਹੈ ਕਿ ਚਾਂਦੀ ਦਾ ਤਗਮਾ ਦਿੱਤਾ ਜਾਵੇ ਵਿਨੇਸ਼ ਨੇ ਪਹਿਲਾਂ ਫਾਈਨਲ ਖੇਡਣ ਦੀ ਮੰਗ ਵੀ ਕੀਤੀ ਸੀ ਪਰ ਹੁਣ ਜਦੋਂ ਕੁਝ ਹੋ ਹੀ ਨਹੀਂ ਸਕਦਾ ਫਾਈਨਲ ਦਾ ਮੁਕਾਬਲਾ ਤੈਅ ਹੋ ਚੁੱਕਿਆ ਹੈ ਤਾਂ ਉਸ ਨੇ ਆਪਣੀ ਅਪੀਲ ਬਦਲ ਦਿੱਤੀ ਹੈ ਚਾਂਦੀ ਦਾ ਤਗਮਾ ਲੈਣ ਦੀ ਮੰਗ ਕੀਤੀ ਹੈ ਜੋ ਉਸ ਦਾ ਹੱਕ ਵੀ ਹੈ ਖੇਡ ਅਦਾਲਤ ਹੁਣ ਵਿਨੇਸ਼ ਦੀ ਦਲੀਲ ਤੇ ਕੀ ਫੈਸਲਾ ਸੁਣਾਉਂਦੀ ਹੈ ਇਹ ਦੇਖਣਾ ਕਾਫੀ ਅਹਿਮ ਰਹੇਗਾ ਤਾਕ ਚੇੜੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵਿਨੇਸ਼ ਫੋਗਾਟ ਦੀ ਹੌਸਲਾ ਅਫਜ਼ਾਈ ਕੀਤੀ ਉਹਨਾਂ ਕਿਹਾ ਕਿ ਵਿਨੇਸ਼ ਫੋਗਾਟ ਉਹ ਧੀ ਹੈ ਜੋ ਲੜਕੀਆਂ ਦੇ ਸ਼ੋਸ਼ਣ ਵਿਰੁੱਧ ਸੱਤਾਧਾਰੀਆਂ ਦੇ ਖਿਲਾਫ ਡਟ ਕੇ ਲੜੀ ਸੀ ਸ਼ਾਇਦ ਇਸੇ ਕਾਰਨ ਜਰਵਾਣਿਆਂ ਦੀ ਸ਼ੈ ਤੇ ਆਪਣਿਆਂ ਦੀ ਬੇਰੁਖੀ ਦੇ ਕਾਰਨ ਖੇਡ ਦੇ ਮੈਦਾਨ ਤੋਂ ਭਾਵੇਂ ਅਯੋਗ ਹੋਈ ਪਰ ਸਾਡੀ ਉਹ ਧੀ ਜੇਤੂ ਸੀ ਜੇਤੂ ਹੈ ਤੇ ਜੇਤੂ ਰਹੇਗੀ ਫੋਗਾਟ ਦੇ ਮਸਲੇ ਤੇ ਸੰਸਦ ਵਿੱਚ ਫੇਰ ਹੰਗਾਮਾ ਹੋਇਆ ਬਜਟ ਸੈਸ਼ਨ ਚੱਲ ਰਿਹਾ ਹੈ ਵਿਰੋਧੀ ਧਿਰ ਨੇ ਸੰਸਦ ਵਿੱਚ ਹੰਗਾਮਾ ਕੀਤਾ ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵਿਰ ਨਰਾਜ਼ਤਨ ਖੜਨੇ ਸੀਟ ਵਿਚ ਛੱਡ ਦਿੱਤੀ ਤੇ ਕਿਹਾ ਕਿ ਸਦਨ ਰੋਜ਼ਾਨਾ ਮੇਰਾ અપਮਾਨ ਕਰਦਾ ਹੈ ਗੁੱਸੇ ਵਿੱਚ ਆਏ ਸਭਾਪਤੀ ਆਪਣੀ ਕੁਰਸੀ ਛੱਡ ਕੇ ਉੱਠ ਗਏ ਵਿਨੇਸ਼ ਫੁਗਾਟ ਦੇ ਮਾਮਲੇ 'ਚ ਵਿਰੋਧੀ ਧਿਰ ਪਹਿਲਾਂ ਹੀ ਰਾਜ ਸਭਾ 'ਚ ਵਾਕ ਆਊਟ ਕਰ ਗਈ ਸੀ ਸੇਧ ਮੰਤਰੀ ਜੇਪੀ ਨੱਡਾ ਨੇ ਕਿਹਾ ਕਿ ਪੂਰਾ ਦੇਸ਼ ਵਿਨੇਸ਼ ਫੁਗਾਟ ਦੇ ਨਾਲ ਖੜਾ ਹੈ ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਉਹਨਾਂ ਨੂੰ ਚੈਂਪੀਅਨਾਂ ਦੀ ਚੈਂਪੀਅਨ ਕਿਹਾ ਸੀ ਪ੍ਰਧਾਨ ਮੰਤਰੀ ਦੀ ਆਵਾਜ਼ 140 ਕਰੋੜ ਲੋਕਾਂ ਦੀ ਆਵਾਜ਼ ਹੈ ਕਹਿੰਦੇ ਬਦਕਿਸਮਤੀ ਨਾਲ ਅਸੀਂ ਇਸ ਨੂੰ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਵਿਚਾਲੇ ਵੰਡ ਰਹੇ ਹਾਂ ਵਿਰੋਧੀ ਧਿਰ ਕੋਲ ਕੋਈ ਠੋਸ ਮੁੱ

और मुझे ही नहीं लगता सारे देश को लगता है कि यह आवाज प्रधानमंत्री की आवाज 140 करोड़ देशवासियों की आवाज दुर्भाग्य इस बात का है कि इसको भी हम पक्ष और विपक्ष में बांटने का प्रयास कर रहे हैं मुझे लगता है कि शायद विपक्ष विषय विहीन हो चुका है ਉਧਰ ਪੈਰਿਸ 올림픽ਸ ਦੇ ਵਿੱਚ ਭਾਰਤ ਦੀ ਇੱਕ ਹੋਰ ਮਹਿਲਾ ਪਲਵਾਨ ਅੰਤਿਮ ਪੰਗਲ ਵਿਵਾਦਾਂ ਦੇ ਵਿੱਚ गिर ਗਈ ਹੈ ਉਹਨਾਂ ਨੂੰ ਪੈਰਿਸ ਪੁਲਿਸ ਨੇ ਸੱਮਨ ਜਾਰੀ ਕਰਕੇ ਪੈਰਿਸ ਛੱਡਣ ਦੇ ਨਿਰਦੇਸ਼ ਦਿੱਤੇ ਨੇ ਇਲਜ਼ਾਮ ਹੈ ਕਿ ਉਹਨਾਂ ਦੀ ਭੈਣ ਨੇ 올림픽 ਐਕ੍ਰੀਡੇਸ਼ਨ ਕਾਰਡ ਦੀ ਗਲਤ ਵਰਤੋਂ ਕੀਤੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਅੰਤਿਮ ਪੰਗਲ ਦਾ ਕਾਰਡ ਕੈਂਸਲ ਕਰ ਦਿੱਤਾ ਗਿਆ ਹੈ ਜੋ ਉਸ ਦੇ ਲਈ ਡਬਲ ਝਟਕਾ ਹੈ ਹਾਲਾਂਕਿ ਪੰਗਲ ਪਹਿਲਾਂ ਹੀ 올림픽 ਤੋਂ ਬਾਹਰ ਹੋ ਚੁੱਕੀ ਸੀ ਪੰਗਲ ਪਹਿਲੇ ਹੀ ਰਾਉਂਡ ਵਿੱਚ 53 ਕਿਲੋਗ੍ਰਾਮ ਦੇ ਮੁਕਾਬਲੇ ਵਿੱਚ ਹਾਰ ਕੇ ਬਾਹਰ ਹੋ ਗਈ ਸੀ ਉਹਨਾਂ ਨੂੰ ਟਰਕੀ ਦੀ ਖਿਡਾਰਨ ਨੇ ਹਰਾਇਆ ਸੀ ਪੰਗਲ ਨੂੰ 10 0 ਨਾਲ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਉਧਰ ਪੈਰਾਸ 올림픽ਸ ਦੇ ਵਿੱਚ ਭਾਰਤ ਦੀ ਪਹਿਲਵਾਨ ਅੰਸ਼ੂ ਮਲਿਕ ਔਰਤਾਂ ਦੇ 57 ਕਿਲੋਗ੍ਰਾਮ ਫ੍ਰੀ ਸਟਾਈਲ ਭਾਰ ਵਰਗ ਦੇ ਪ੍ਰੀ ਕੁਆਟਰਫਾਈਨਲ ਵਿੱਚ ਅਮਰੀਕਾ ਦੀ ਹੈਲਨ ਲੂਇਸ ਮਾਰੋਲਿਸ ਤੋਂ ਹਾਰ ਗਈ ਪਾਰੇ ਦੇ ਅਮਨ ਸਹਿਰਾਵਤ ਨੇ ਫ੍ਰੀਸਟਾਈਲ ਕੁਸ਼ਤੀ ਦੇ 57 ਕਿਲੋ ਭਾਰ ਵਰਗ ਦੇ ਪ੍ਰੀ ਕੁਆਟਰਫਾਈਨਲ ਵਿੱਚ ਉੱਤਰੀ ਮੈਸੀਡੋਨੀਆ ਦੇ ਵਿਲਾਦ ਦੀ ਮੀਰ ਇਗੋਰੋਵ ਨੂੰ 10-0 ਨਾਲ ਹਰਾ ਕੇ ਕੁਆਟਰਫਾਈਨਲ ਵਿੱਚ ਐਂਟਰੀ ਕੀਤੀ ਹੈ। ਓਲੰਪਿਕ ਤਗਮਾ ਜਿੱਤੂ ਸੁਆਪਨਲ ਕੋਸਲੇ ਦਾ ਪੁਣੀ ਹਵਾਈ ਅੱਡੇ ਤੇ ਪਹੁੰਚ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਉਸਨੇ ਪੁਰਸ਼ਾਂ ਦੀ 50 ਮੀਟਰ ਰਾਈਫਲ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ ਭਾਰਤੀ weightlifter ਮੀਰਾਬਾਈ ਚਾਨੂ ਪੈਰਾਸ ਓਲੰਪਿਕਸ ਤੋਂ ਬਾਹਰ ਹੋ ਗਈ ਹੈ ਔਰਤਾਂ ਦੇ weightlifting 49 ਕਿਲੋਗ੍ਰam ਇਵੈਂਟ ਦੇ ਵਿੱਚ ਉਹ ਥੋੜੇ ਜਿਹਾ ਫਰਕ ਨਾਲ ਤਗਮੇ ਤੋਂ ਖੁੰਝ ਗਈ ਚੌਥੀ ਥਾਂ ਤੇ ਰਹੀ ਟੋਕੀਓ ਦੀ ਚਾਂਦੀ ਦੀ ਤਗਮਾ ਜਿੱਤੂ ਮੀਰਾਬਾਈ ਨੇ ਦੱਖਣੀ ਪੈਰਿਸ ਏਰੀਨਾ ਵਿੱਚ ਕੁੱਲ 199 ਕਿਲੋ ਭਾਰ ਚੁੱਕਿਆ ਤੇ ਚੌਥੀ ਥਾਂ ਤੇ ਰਹੀ